ਕਾਫੀ ਮੁਸ਼ਕਲ ਤੋਂ ਬਾਅਦ ਬਾਡੀ ਆਈਡੈਂਟੀਫਾਈ ਹੋਈ ਜਦੋਂ ਆਈਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਤਫ਼ਤੀਸ਼ ਅੱਗੇ ਵਧਾਈ ਉਹਦੇ ਵਿੱਚ ਪਤਾ ਲੱਗਾ ਕਿ ਇਹਦੀ ਮਦਰ ਜਿਹੜੀ ਕਿ ਜਿਹਦਾ ਨਾਮ ਹੈ ਰੁਪਿੰਦਰ ਕੌਰ ਨਾਲ ਇਹਦੇ ਦੋ ਮੁੰਡੇ ਸੀਗੇ ਸੁਖਵਿੰਦਰ ਸਿੰਘ ਤੇ ਗੁਰਜੀਤ ਸਿੰਘ ਇਹਨਾਂ ਨੇ ਇਹਨੂੰ ਮਾਰਿਆ ਜਿਹੜੀ ਕਿ ਇੰਟਰਵਿਊਿੰਗ ਰਾਤ ਸੀਗੀ ਸ਼ੁੱਕਰਵਾਰ ਤੇ ਸ਼ਨੀਵਾਰ ਦੀ दैट ਇਜ਼ 21 ਤੇ 22 ਦੀ ਰਾਤ ਨੂੰ ਤੇ ਉਸ ਤੋਂ ਬਾਅਦ ਬਾਡੀ ਇੱਥੇ ਡੰਪ ਕਰ ਦਿੱਤੀ ਗਈ ਸੀ ਗੁਰਦਾਸਪੁਰ ਦੇ ਵਿੱਚ ਇੱਕ ਕੜਜੂਗੀ ਮਾਂ ਨੇ ਦੋ ਵਿਅਕਤੀਆਂ ਦੇ ਨਾਲ ਮਿਲ ਕੇ ਆਪਣੇ ਨੌਜਵਾਨ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਦੱਸਿਆ ਕਿ ਬੀਤੇ ਦਿਨੀ ਗੁਰਦਾਸਪੁਰ ਦੇ ਪਿੰਡ ਚੰਦਾ ਗੁਜਰਾਂ ਦੇ ਵਿੱਚ ਇੱਕ ਅੱਧ ਸੜੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਸੀ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਵੀ ਕੀਤੀ ਗਈ ਤੇ ਪੁਲਿਸ ਨੇ ਜਾਂਚ ਦੌਰਾਨ ਮ੍ਰਿਤਕ ਦੀ ਮਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਦਰਸਲ ਮ੍ਰਿਤਕ ਲੜਕੇ ਨੂੰ ਆਪਣੀ ਮਾਂ ਤੇ ਸ਼ੱਕ ਸੀ ਕਿ ਉਸ ਦੇ ਬਾਹਰ ਕਿਸੇ ਨਾਲ ਨਜਾਇਜ਼ ਸਬੰਧ ਨੇ ਇਸੇ ਕਾਰਨ ਮ੍ਰਿਤਕ ਲੜਕਾ ਅਕਸਰ ਉਸ ਨੂੰ ਇਹ ਕੰਮ ਕਰਨ ਤੋਂ ਰੋਕਦਾ ਸੀ ਜਿਸ ਕਾਰਨ ਦੋਵਾਂ ਦਾ ਲੜਾਈ ਝਗੜਾ ਵੀ ਹੁੰਦਾ ਰਹਿੰਦਾ ਸੀ ਤੇ ਇਸੇ ਦੇ ਚਲਦਿਆਂ ਔਰਤ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਤੇ লাশ ਨੂੰ ਡੰਪ ਕਰ ਦਿੱਤਾ ਦੱਸਿਆ ਕਿ ਪੁਲਿਸ ਨੇ ਘਟਨਾ ਦੇ ਵਿੱਚ ਵਰਤੇ ਗਏ ਹਥਿਆਰ ਤੇ ਗੱਡੀ ਵੀ ਬਰਾਮਦ ਕਰ ਲਈ ਹੈ ਪੁਲਿਸ ਨੇ ਮ੍ਰਿਤਕ ਦੀ ਮਾਂ ਤੇ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਸਰਾ ਵਿਅਕਤੀ ਜੋ ਕਿ ਗੁਰਜੀਤ ਸਿੰਘ ਹੈ ਉਹ ਹਲੇ ਪੁਲਿਸ ਦੀ ਗ੍ਰਿਫਟ ਤੋਂ ਬਾਹਰ ਹੈ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ਤੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਗੁਰਜੀਤ ਸਿੰਘ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਕੱਲ 23 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਬਰਨਟ ਬੋਡੀ ਅਨ ਆਈਡੈਂਟੀਫਾਈਡ ਪਈ ਹੈ ਆਪਣੇ ਡਰੇਨ ਦੇ ਕੋਲ ਕਾਨੂੰਵਾਂਡ ਏਰੀਏ ਵਿੱਚ। ਸੋ ਉੱਥੇ ਜਾ ਕੇ ਤਫ਼ਤੀਸ਼ ਕੀਤੀ ਗਈ ਡੀਐਸਪੀ ਡੀ ਸਾਹਿਬ ਗਏ ਸੀ ਇੰਚਾਰਜ ਸੀ ਇਹ ਡੀਐਸਪੀ ਆਰ ਐਸਐਚਓ ਕਾਨੂੰਵਾਂਡ ਤੇ ਐਸਐਚਓ ਪੈਣੀ ਇਹਨਾਂ ਦੀ ਟੀਮ ਕ੍ਰੀਏਟ ਕੀਤੀ ਗਈ। ਕਾਫੀ ਮੁਸ਼ਕਲ ਤੋਂ ਬਾਅਦ ਬਾਡੀ ਆਈਡੈਂਟੀਫਾਈ ਹੋਈ ਜਦੋਂ ਆਈਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਤਫ਼ਤੀਸ਼ ਅੱਗੇ ਵਧਾਈ ਉਹਦੇ ਚ ਪਤਾ ਲੱਗਾ ਕਿ ਇਹਦੀ ਮਦਰ ਜਿਹੜੀ ਕਿ ਜਿਹਦਾ ਨਾਮ ਹੈ ਰੁਪਿੰਦਰਕੌਰ ਨਾਲ ਇਹਦੇ ਦੋ ਮੁੰਡੇ ਸੀਗੇ ਸੁਖਵਿੰਦਰ ਸਿੰਘ ਤੇ ਗੁਰਜੀਤ ਸਿੰਘ ਇਹਨਾਂ ਨੇ ਇਹਨੂੰ ਮਾਰਿਆ ਜਿਹੜੀ ਕਿ ਇੰਟਰਵਿਊਿੰਗ ਰਾਤ ਸੀਗੀ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਥੈਟ ਇਜ਼ 21 ਤੇ 22 ਦੀ ਰਾਤ ਨੂੰ ਤੇ ਉਸ ਤੋਂ ਬਾਅਦ ਬਾਡੀ ਇੱਥੇ ਡੰਪ ਕਰ ਦਿੱਤੀ ਗਈ ਸੀ ਜਿਹੜਾ ਇਹਨਾਂ ਨੇ ਹਥਿਆਰ ਯੂਜ਼ ਕੀਤੇ ਸੀ ਇੱਕ ਥੋੜਾ ਤੇ ਨਾਲ ਇੱਕ ছুরি ਹੋਰ ਰਿਕਵਰ ਕਰ ਲਈ ਗਈ ਹੈ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਸੀ ਉਹਦੀ লাশ ਨੂੰ ਪਾਉਣ ਵਾਸਤੇ ਉੱਥੇ ਡੰਪ ਕਰਨ ਵਾਸਤੇ ਉਹ ਵੀ ਗੱਡੀ ਐ ਸੀ ਰਿਕਵਰ ਕਰ ਲਈ ਤੇ ਜਿਹੜੇ ਦੋਵੇਂ ਮੁੰਡੇ ਸੀਗੇ ਸੁਖਵਿੰਦਰ ਤੇ ਗੁਰਜੀਤ ਇਹਨਾਂ ਚੋਂ ਸੁਖਵਿੰਦਰ ਨੂੰ ਅਰੈਸਟ ਕਰ ਲਿਆ ਤੇ ਜਿਹੜੀ ਉਹਦੀ ਮਦਰ ਸੀ ਰੁਪਿੰਦਰ ਕੌਰ ਉਹਨੂੰ ਅਰੈਸਟ ਕਰ ਲਿਆ ਮੁੰਡਿਆਂ ਤੇ ਪਹਿਲਾਂ ਪਰਚੇ ਹੈਗੇ ਲੇਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹ ਕਲੀਨ ਹੈ ਇਹ ਤਾਂ ਜਿਹੜਾ ਵਜਾ ਸੀ ਕਿ ਲੇਡੀ ਨੂੰ ਇਹ ਰੋਕਦੇ ਸੀਗੇ ਮੁੰਡਾ ਰੋਕਦਾ ਸੀ ਉਹਨੂੰ ਸਸਪੀਸ਼ਨ ਸੀ ਕਿ ਇਹਦੇ ਸ਼ਾਇਦ ਬਾਹਰ ਕੋਈ ਇਲਿਜੀਟ ਰਿਲੇਸ਼ਨ ਨੇ ਉਹ ਇਲਿਜੀਟ ਰਿਲੇਸ਼ਨ ਕਰਕੇ ਇਹਨੂੰ ਕਹਿੰਦਾ ਸੀ ਕਿ ਤੁਸੀਂ ਜਿਹੜੇ ਬੰਦੇ ਆਂਦੇ ਘਰ ਉਹਨੂੰ ਨਾ ਆਂਦਿਆ ਕਰੋ ਉਹਦੇ ਕਰਕੇ ਮਾਰਕੁਟਾਈ ਵੀ ਹੁੰਦੀ ਸੀ ਇਹਨਾਂ ਦੀ ਆਪਸ ਲੜਾਈ ਵੀ ਹੁੰਦੀ ਸੀ ਸੋ ਇਹ ਲੇਡੀ ਇਹਨਾਂ ਦੋਵਾਂ ਮੁੰਡਿਆਂ ਨਾਲ ਇੰਟਾ ਚਾਈ ਸੀ 6 ਮਹੀਨੇ ਪਹਿਲਾਂ ਸੋ ਇਹਨਾਂ ਨੇ ਕਾਂਸਪੀਰੇਸੀ ਇੱਕ ਬਣਾ ਕੇ ਤੇ ਉਹਨੂੰ ਇਲੀਮੀਨੇਟ ਕੀਤਾ ਕਿ ਜਿਹੜਾ ਲੇਡੀ ਨੂੰ ਤੰਗ ਨਾ ਕਰੇ ਜਿਹਦੇ ਵਾਸਤੇ ਲੇਡੀ ਨੇ ਇਹਨਾਂ ਨੂੰ ਪੈਸੇ ਵੀ ਪ੍ਰੋਮਿਸ ਕੀਤੇ ਸੀ ਕਿ ਮੈਂ ਤੁਹਾਨੂੰ ਪੈਸੇ ਵੀ ਦਵਾਂਗੀ ਨਾਨੂੰ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਰੁਪਿੰਦਰ ਕੌਰ ਨੂੰ ਤੇ ਸੁਖਵਿੰਦਰ ਸਿੰਘ ਨੂੰ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਕੋਲੋਂ ਰਿਮਾਂਡ ਲੈ ਕੇ ਤੇ ਜਿਹੜਾ ਦੂਜਾ ਮੁੰਡਾ ਅਰੈਸਟ ਕਰਨਾ ਬਾਕੀ ਹੈ ਗੁਰਜੀਤ ਸਿੰਘ ਉਹਨੂੰ ਵੀ ਜਲਦੀ ਅਰੈਸਟ ਕੀਤਾ ਜਾਵੇ